ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਤੇ ਜੌਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੀ ਟ੍ਰਿਪਲ ਐਸ ਵੀ ਅਧੀਨ ਇੱਕ ਜਿਹੜੀ ਭਰਤੀ ਆਈ ਸੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਤਾਂ ਇਹਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ एग्जाम ਹੈ ਜਿਹੜਾ ਹੋਣ ਜਾ ਰਿਹਾ ਹੈ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਜੋ ਨੋਟੀਫਿਕੇਸ਼ਨ ਅਧੀਨ ਸਬੰਧ ਚੋਣਵੜ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਪੰਜਾਬ ਦੇ ਵੱਲੋਂ ਇਸ਼ਤਿਹਾਰ ਨੰਬਰ 12/2024 ਅਧੀਨ ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ ਦੀਆਂ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀਆਂ 20 ਅਸਾਮੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਜਿਹੜੀ 14/9/2024 ਨੂੰ ਲਈ ਜਾਣੀ ਹੈ। ਸੋ ਇਹਦੇ ਵਿੱਚ ਦਿਵਿਆਂਗ ਜਿਨ੍ਹਾਂ ਨੂੰ ਆ ਫਿਜ਼ੀਕਲੀ ਹੈਂਡੀਕੈਪਡ ਕਹਿੰਦੇ ਆ ਤਾਂ ਇਸ ਦੀ ਕੈਟਾਗਰੀ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 14/9/2024 ਨੂੰ ਲਈ ਜਾਣ ਵਾਲੀ ਪ੍ਰੀਖਿਆ ਦੇ ਵਿੱਚ ਸਿਰਫ ਉਨ੍ਹਾਂ ਹੀ ਉਮੀਦਵਾਰਾਂ ਨੂੰ ਸक्राइब ਲਾਈਨ ਦੀ ਅਗਿਆ ਦਿੱਤੀ ਜਾਊਗੀ। ਇਹਲੇ ਉਮੀਦਵਾਰ ਆਪਣੀ ਬੇਨਤੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸੋਸ਼ਲ ਜਸਟਿਸ ਏਮਪਾਵਰਮੈਂਟ ਡਿਵੈਲਪਮੈਂਟ ਆਫ ਏਮਪਾਵਰਮੈਂਟ ਆਫ ਪਰਸਨਸ ਵਿਦ ਦਿ ਡਿਸੇਬਿਲਟੀ ਦਿਵੰਗ ਜਨ ਨੂੰ ਆਪ ਕਹਿੰਦੇ ਆ ਤਾਂ ਇੱਥੇ ਇਹਨਾਂ ਨੇ ਇਹ ਦਾ ਜਿਹੜਾ ਨੰਬਰ ਹੈ ਐਫ ਨੰਬਰ ਵੀ ਦਿੱਤਾ ਹੈ ਡੇਟਡ 29 ਅਗਸਤ 2018 ਅਤੇ ਸਮੇਂ-ਸਮੇਂ ਤੇ ਹੋਣ ਵਾਲੀਆਂ ਸੋਧਾਂ ਵਿੱਚ ਦਰਜ ਹਦਾਇਤਾਂ ਅਨੁਸਾਰ ਪ੍ਰਧਾਰਤ ਪਰਫਾਰਮੇ ਅਨੈਕਸਰ ਏ ਬੀ ਅਤੇ ਸੀ ਦਸਤਾਵੇਜ਼ਾਂ ਦੀ ਸੂਚੀ ਦੇ ਅਨੁਸਾਰ ਹਰ ਪੱਖੋਂ ਮੁਕੰਮਲ ਕਰਦੇ ਹੋਏ sccvi.trispb@gmail.com ਤੇ ਕਰਦੇ ਹੋਏ ਮਿਤੀ 13/9/2024 ਸ਼ਾਮ 4 ਵਜੇ ਤੱਕ ਬੋਰਡ ਦੇ ਦਫ਼ਤਰ ਦੇ ਵਿੱਚ ਮੁਕੰਮਲ ਪਰਫਾਰਮਾ ਦਸਤੀ ਹੈ ਜਿਹੜਾ ਉਹ ਪੇਸ਼ ਕਰਨਗੇ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਪ੍ਰੀਖਿਆ ਕੇਂਦਰ ਵਿੱਚ ਸਿੱਧੇ ਤੌਰ ਤੇ ਸक्राइब ਦੀ ਮੰਗ ਕਰਨ ਵਾਲੇ ਉਮੀਦਵਾਰਾਂ ਨੂੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਾਊਗੀ ਉਪਰੋਕਤ ਤੋਂ ਇਲਾਵਾ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਬਕ੍ਰਾਈਬ ਲੈਣ ਸੰਬੰਧੀ ਪ੍ਰਤੀ ਬੇਨਤੀ ਦੇ ਵਿੱਚ ਦਰਜ ਤੱਥ ਅਤੇ ਨਾਲ 29 ਦਸਤਾਵੇਜ਼ ਵਿੱਚ ਕੋਈ ਜੇਕਰ ਤੱਥ ਜਿਹੜਾ ਗਲਤ ਜਾਂ ਦਸਤਾਵੇਜ਼ ਗਲਤ ਕਿਸੇ ਵੀ ਸਟੇਜ ਤੇ ਪਾਇਆ ਜਾਂਦਾ ਹੈ ਤਾਂ ਉਮੀਦਵਾਰ ਦੀ ਪਾਤਰਤਾ ਰੱਦ ਕਰਦੇ ਹੋਏ ਦੋਵੇਂ ਵਿਅਕਤੀਆਂ ਉਮੀਦਵਾਰ ਅਤੇ ਸਬਕ੍ਰਾਈਬ ਵਿਰੁੱਧ ਬੰਦੀ ਕਾਰਵਾਈ ਹੈ ਜਿਹੜੀ ਉਹ ਔਰੰਭੀ ਜਾਊਗੀ ਸੋ ਇਹ ਨੋਟੀਫਿਕੇਸ਼ਨ ਹੈ ਇੱਥੇ ਇਹਨਾਂ ਨੇ ਫਾਰਮ ਵੀ ਦਿੱਤੇ ਹੈ ਫਾਰਮ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਆ ਇਸ ਤਰ੍ਹਾਂ ਇਹ ਸਬਮਿਟ ਫਾਰਮ ਜਿਹੜਾ ਹੁੰਦਾ ਹੈ ਕਿ ਇਹਦੇ ਵਿੱਚ ਭਰਿਆ ਜਾਊਗਾ ਸੋ ਇਹਦੇ ਵਿੱਚ ਤੁਹਾਡਾ ਅਨੈਕਸਰ ਏ ਫਾਰਮ ਹੈ ਜਿਹੜਾ ਤੁਹਾਡਾ ਨਾਮ ਆ ਜਾਊਗਾ ਕਿੰਨੀ ਤੁਹਾਡੀ ਡਿਸੇਬਿਲਟੀ ਹੈ ਪਰਸੈਂਟ ਦੇ ਵਿੱਚ ਤੁਹਾਡੇ ਫਾਦਰ ਦਾ ਨਾਮ ਆ ਜੀ ਤੁਹਾਡੇ ਡਿਸਟ੍ਰਿਕਟ ਵਿਲੇਜ ਸਟੇਟ ਕਿੱਥੋਂ ਤੁਸੀਂ ਰਹਿਣ ਵਾਲੇ ਹੋ ਸੋ ਇੰਨੀ ਕਈ ਵਿੱਚ ਜਾਣਕਾਰੀ ਹੈ ਜਿਹੜੀ ਫਿਲ ਹੋਊਗੀ ਤਾਂ ਅੱਗੇ ਇਹਨਾਂ ਦੇ ਏ ਬੀ ਸੀ ਫਾਰਮ ਦਿੱਤੇ ਹੋਏ ਨੇ ਤਾਂ ਸਬਸਕ੍ਰਾਈਬ ਵੱਲੋਂ ਫਿਲ ਕੀਤਾ ਜਾਊਗਾ ਜਿਹੜਾ ਨਾਮ ਉਮੀਦਵਾਰ ਦੇ ਹੋਊਗਾ ਤਾਂ ਇਹ ਉਹਦੇ ਲਈ ਹੈ ਅਨੈਕਸਰ ਬੀ ਫਾਰਮ ਤਾਂ ਇਹਦੇ ਵਿੱਚ ਵੀ ਆਪਣੀ ਡਿਟੇਲ ਹੀ ਹੈ ਉਹਦਾ ਰੋਲ ਨੰਬਰ ਵਗੈਰਾ ਸਾਰਾ ਕੁਝ ਆ ਜਾਏਗਾ ਇਥੇ ਤੁਹਾਡੇ ਜਿਹੜੇ ਸਗਰੇਚਰ ਹੋ ਜਾਣਗੇ ਜਿਹੜਾ ਡਿਸੇਬਿਲਟੀ ਕੈਂਡੀਡੇਟ ਹੈ ਅਨੈਕਸਰ ਸੀ ਦੇ ਵਿੱਚ ਜਿਹੜੀ ਦਸਤਾਵੇਜ਼ਾਂ ਦੀ ਸੂਚੀ ਨਾਲ ਸੰਬੰਧਤ ਜਾਣਕਾਰੀ ਦਿੱਤੀ ਗਈ ਹੈ ਸਬਸਕ੍ਰਾਈਬ ਲੈਂਡ ਸੰਬੰਧੀ ਪ੍ਰਤੀ ਬੇਨਤੀ ਅਨਕਸਰ ਏ ਅਨਸਾਰ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਸਰਟੀਫਿਕੇਟ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਡਿਸੇਬਿਲਟੀ ਸਰਟੀਫਿਕੇਟ ਅਨਕਸਰ ਬੀ ਜੋ ਉੱਪਰ ਆਪਾਂ ਹੁਣ ਤੁਹਾਨੂੰ ਫਾਰਮ ਦੱਸਿਆ ਹੈ ਉਮੀਦਵਾਰ ਵੱਲੋਂ ਅੰਡਰਟੇਕਿੰਗ ਸਬਕ੍ਰਾਈਬ ਦੀ ਜਨਮ ਮਿਤੀ ਅਤੇ ਸਬੂਤ ਵਜੋਂ ਮੈਟ੍ਰਿਕ ਦੇ ਸਰਟੀਫਿਕੇਟ ਦੀ ਕਾਪੀ ਸਬਕ੍ਰਾਈਬ ਦੇ ਵਿਦਿਅਕ ਯੋਗਤਾ ਦੇ ਸਬੂਤ ਵਜੋਂ ਆਖਰੀ ਪ੍ਰਾਪਤ ਕੀਤੀ ਵਿਦਿਅਕ ਯੋਗਤਾ ਸੰਬੰਧੀ ਦਸਤਾਵੇਜ਼ ਸਬਕ੍ਰਾਈਬ ਦਾ ਸਨাক্তੀ ਸਬੂਤ ਵਜੋਂ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਕਿਸੇ ਇੱਕ ਦੀ ਕਾਪੀ ਉਮੀਦਵਾਰ ਵੱਲੋਂ ਸਾਮੀਲੀ ਅਪਲਾਈ ਕੀਤੇ ਜੋ ਐਪਲੀਕੇਸ਼ਨ ਫਾਰਮ ਹੁੰਦੇ ਹੈ ਤਾਂ ਉਸ ਦੀ ਕਾਪੀ ਤਾਂ ਇੱਥੇ ਜ਼ਰੂਰੀ ਨੋਟ ਵੀ ਲਿਖਿਆ ਹੈ ਤਾਂ ਇਹ ਕਾਰਵਾਈ ਨਾਲ ਸੰਬੰਧਤ ਅਗਰ ਜੋ ਤੁਸੀਂ ਜਾਣਕਾਰੀ ਫਿਲ ਕਰਦੇ ਹੋ ਗਲਤ ਪਾਈ ਜਾਂਦੀ ਹੈ ਤਾਂ ਦੋਨਾਂ ਦੇ ਬੰਦ ਦੀ ਕਾਰਵਾਈ ਹੈ ਜਿਹੜੀ ਰੰਬੀ ਜਾਊਗੀ ਤਾਂ ਜੋ ਵੀ ਉਮੀਦਵਾਰ ਇਹ ਫਾਰਮ ਜਿਹੜਾ ਫਿਲ ਕਰਦੇ ਹੈ ਤਾਂ ਜਰੂਰ ਫਿਲ ਕਰਦੇ ਹੋ ਅਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਵਟਸਐਪ ਗਰੁੱਪ ਦੇ ਵਿੱਚ ਮਿਲ ਜਾਊਗਾ ਲਿੰਕ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਸਾਰੇ ਜਣੇ WhatsApp ਗਰੁੱਪ ਜਿਹੜਾ ਜੁਆਇਨ ਕਰ ਸਕਦੇ ਆ ਧੰਨਵਾਦ